ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੀ ਬਹੁਤ ਵਧੀਆ ਅਪਡੇਟ ਲੈ ਕੇ ਆਇਆ, ਜੋ ਕਿ ਪਾਸਪੋਰਟ ਆਫਿਸ ਦੇ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਗਿਆ ਹੈ ਜੀ। ਕਾਫੀ ਟਾਈਮ ਤੋਂ ਬਾਅਦ ਇਹ ਵੈਕੈਂਸੀ ਜਿਹੜੀ ਹੈ ਜੀ ਆਊਟ ਕੀਤੀ ਗਈ ਹੈ, ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਕਿੱਦਾਂ ਤੁਸੀਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓਗੇ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿਹਦੇ ਲਈ ਸਿੰਪਲੀ ਤੁਹਾਨੂੰ ਜਿਹੜਾ ਜੀ ਜਾਣਾ ਤੁਸੀਂ ਰਿਕਰੂਟਮੈਂਟ ਦੇ ਲਈ ਸਾਡੀ ਵੈਬਸਾਈਟ ਮੀਤ ਅਕੈਡਮੀ .in ਗੂਗਲ 'ਚ ਟਾਈਪ ਕਰੋਗੇ, ਫਸਟ ਨੰਬਰ 'ਤੇ ਤੁਹਾਨੂੰ ਜਿਹੜੀ ਹੈ ਜੀ ਮਿਲ ਜਾਵੇਗੀ। ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਮਿਲ ਜਾਣਗੇ, ਤਾਂ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਪਾਓਗੇ ਜੀ। ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਣੀ ਵਾਲਾ ਹੈ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ। ਅਤੇ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਹੀ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਬਾਕੀ ਤੁਹਾਡੇ ਮਨ 'ਚ ਕੋਈ ਸ਼ੱਕ ਹੈ ਜੀ ਕਿਸੇ ਤਰ੍ਹਾਂ ਦਾ, ਕੋਈ ਵੀ ਕੋਈ ਤੁਹਾਨੂੰ ਲੱਗਦਾ ਕਿ ਮੈਨੂੰ ਕਮੈਂਟ 'ਚ ਦੱਸਣਾ ਚਾਹੀਦਾ, ਦੱਸੋ ਜ਼ਰੂਰ, ਤੁਹਾਨੂੰ ਰਿਪਲਾਈ ਜ਼ਰੂਰ ਮਿਲੇਗਾ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ ਜੀ। ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਆਊਟ ਕੀਤਾ ਗਿਆ ਹੈ ਜੀ, ਜਿਸਦੇ ਵਿੱਚ ਪੋਸਟ ਜਿਹੜੀ ਹੈ ਜੀ ਕੰਸਲਟੈਂਟ ਦੀ ਆਊਟ ਕੀਤੀ ਗਈ ਹੈ, ਜਿਹੜੀ ਕਿ ED ਡਿਵੀਜ਼ਨ ਦੇ ਵਿੱਚ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈੱਡਕੁਆਟਰ ਦੇ ਵਿੱਚ, ਜਿਸ ਦੇ ਵਿੱਚ ਇਹ ਇਨੀਸ਼ੀਅਲੀ ਫਸਟ ਈਅਰ 1 ਸਾਲ ਦੇ ਲਈ ਹੋਏਗੀ, ਜਿਹੜੀ ਕਿ ਇਹ ਡਿਪੈਂਡ ਕਰਦਾ ਅਸੈਸਮੈਂਟ ਦੇ ਉੱਪਰ, ਪਰਫੋਰਮੈਂਸ ਦੇ ਉੱਪਰ, ਅਤੇ ਇਸ ਦੇ ਵਿੱਚ ਇਹਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਜੀ। ਇਸ ਦੇ ਵਿੱਚ ਨੈਕਸਟ ਅਗਰ ਮੈਂ ਗੱਲ ਕਰਾਂ ਕਿ ਤੁਹਾਡਾ ਕੰਮ ਰਹੇਗਾ, ਉਹ ਇੱਥੇ ਲਿਖਿਆ ਹੀ ਹੋਇਆ, ਤੁਸੀਂ ਦੇਖ ਸਕਦੇ ਹੋ, ਪੜ੍ਹ ਲਿਓ, ਠੀਕ ਹੈ ਜੀ। ਇਸ ਦੇ ਵਿੱਚ ਤੁਹਾਡਾ ਜਿਹੜਾ ਲੋਕੇਸ਼ਨ ਰਹੇਗਾ ਜੀ, ਇਹ ਰਹੇਗਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸਾਊਥ ਬਲੋਕ ਪਟਿਆਲਾ ਹਾਊਸ JNB ਦੇ ਵਿੱਚ। ਇਸ ਦੇ ਵਿੱਚ ਐਪਲੀਕੇਸ਼ਨ ਜਿਹੜਾ ਐਪਲੀਕੈਂਟ ਜਿਹੜਾ ਹੈ ਜੀ ਉਹ ਇੰਡੀਅਨ ਹੋਣਾ ਚਾਹੀਦਾ, ਤਾਂ ਹੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਅਤੇ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਡਿਗਰੀ ਜਿਹੜੀ ਹੈ ਲਾਅ ਦੇ ਵਿੱਚ ਹੋਣੀ ਉਹ ਜ਼ਰੂਰੀ ਹੋਵੇਗੀ। ਅਤੇ ਇਸ ਦੇ ਵਿੱਚ ਨੈਕਸਟ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ 26 ਤੋਂ 45 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ ਜੀ। ਇਸ ਦੇ ਵਿੱਚ ਨੈਕਸਟ ਅਗਰ ਅਸੀਂ ਗੱਲ ਕਰੀਏ, ਤੁਹਾਨੂੰ ਜਿਹੜੀ ਹੈ ਜੀ ਕੰਪਿਊਟਰ ਦੀ, ਵਰਡ, ਐਕਸਲ, ਪਾਵਰ ਪੁਆਇੰਟ ਦੀ ਨੌਲੇਜ ਜਿਹੜੀ ਹੋਣੀ ਉਹ ਜ਼ਰੂਰੀ ਹੋਵੇਗੀ। ਅਤੇ ਇਸ ਦੇ ਵਿੱਚ 10 ਲੱਖ ਰੁਪਇਆ ਪਰ ਐਨਮ ਤੁਹਾਡਾ ਜਿਹੜਾ ਹੈ ਜੀ ਉਹ ਤੁਹਾਡਾ ਸੈਲਰੀ ਜਿਹੜਾ ਉਹ ਰਹਿਣ ਵਾਲਾ ਹੈ ਜੀ। ਇਹਨਾਂ ਨੇ ਪਰ ਐਨਮ ਦੇ ਅਕੋਰਡਿੰਗਲੀ ਲਿਖਿਆ, ਪਰ ਅਗਰ ਤੁਸੀਂ ਮੰਥ ਦੇ ਅਕੋਰਡਿੰਗਲੀ ਲਗਾਓਗੇ ਤਾਂ ਤੁਹਾਡਾ 90,000 ਦੇ ਅਪਰੋਕਸ ਬਣੀ ਜਾਵੇਗਾ, ਠੀਕ ਹੈ ਜੀ। ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ HRA ਜਿਹੜਾ ਤੁਹਾਨੂੰ ਨਹੀਂ ਦਿੱਤਾ ਜਾਣਾ ਜੀ, ਠੀਕ ਹੈ ਜੀ। ਸੋ ਇਸ ਦੇ ਵਿੱਚ ਅਪਲਾਈ ਕਿੱਦਾਂ ਕਰਨਾ ਹੈ, ਇੱਕ ਪਰਫੋਰਮਾ ਜਿਹੜਾ ਨੈਕਸਚਰ A ਦਾ ਇਹਨਾਂ ਨੇ ਦਿੱਤਾ ਹੋਇਆ, ਤੁਸੀਂ ਨੀਚੇ ਅਗਰ ਜਾਓਗੇ ਇਹ ਪੂਰਾ ਪਰਫੋਰਮਾ ਹੈ, ਇਹਨੂੰ ਤੁਸੀਂ A4 ਸ਼ੀਟ ਦੇ ਉੱਪਰ ਕੱਢ ਲੈਣਾ ਹੈ ਜੀ। ਇਹ ਫੋਰਮ ਭਰਨਾ ਹੈ, ਇਹਦੇ ਨਾਲ ਸਾਰੇ ਆਪਣੇ ਡਾਕੂਮੈਂਟ ਰੈਲੀਵੈਂਟ ਜਿਹੜੇ ਹੈਗੇ ਨੇ ਉਹ ਲਗਾਉਣੇ ਨੇ, ਅਤੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ 14 ਮਈ ਤੋਂ ਪਹਿਲਾਂ ਜਿਹੜਾ ਤੁਸੀਂ ਉਹ ਭੇਜਣਾ ਹੋਵੇਗਾ। ਸੋ ਇਸ ਦੇ ਵਿੱਚ ਤੁਹਾਡੇ ਜਿਹੜੇ ਇੰਟਰਵਿਊ ਦੇ ਲਈ ਐਪਲੀਕੈਂਟ ਨੂੰ ਜਿਹੜਾ ਬੁਲਾਇਆ ਜਾਵੇਗਾ, ਠੀਕ ਹੈ ਜੀ। ਅਤੇ ਇਸ ਦੇ ਵਿੱਚ ਤੁਸੀਂ ਸਿਰਫ ਔਨਲਾਈਨ ਹੀ ਇਹ ਭੇਜਣਾ ਭਰ ਕੇ, ਇਹ ਤੁਸੀਂ ਦੇਖ ਸਕਦੇ ਹੋ ਔਨਲਾਈਨ ਥਰੂ ਈਮੇਲ ਜਿਹੜਾ ਹੈ ਜੀ, ਤੁਸੀਂ ਕਲੀਅਰਲੀ ਮੈਂਸ਼ਨ ਕਰੋਗੇ ਜਿਸ ਪੋਸਟ ਤੁਸੀਂ ਅਪਲਾਈ ਕਰ ਰਹੇ ਹੋ, ਠੀਕ ਹੈ ਜੀ। ਸੋ ਆਪਣੀ ਸਾਰੀ ਡਿਟੇਲਸ ਜਿਹੜੀਆਂ ਨੇ ਇਸ ਈਮੇਲ ID ਦੇ ਉੱਪਰ ਤੁਸੀਂ ਭੇਜਣੀਆਂ ਹੋਣਗੀਆਂ, ਸਾਰੀ ਡਿਟੇਲ ਚੈੱਕ ਕਰ ਲਿਓ, ਸਾਰੇ ਡਾਕੂਮੈਂਟ ਜ਼ਰੂਰ ਅਟੈਚ ਕਰ ਦਿਓ, ਨਹੀਂ ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਰਿਜੈਕਟ ਹੋ ਜਾਵੇਗੀ ਜੀ। ਇਹ ਨੋਟੀਫਿਕੇਸ਼ਨ ਹੈ ਜਿਹੜਾ ਪਾਸਪੋਰਟ ਆਫਿਸ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੀ। ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।